ਲੁਧਿਆਣਾ ਦੇ ਦੁਗਰੀ ਫੇਸ ਟੂਰ ਸਥਿਤ ਗੁਰਦੁਆਰਾ ਸੁਖਮਨੀ ਸਾਹਿਬ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਹੇਠ ਚੱਲਿਆ ਆ ਰਿਹਾ ਹੈ। ਬੀਤੀ ਰਾਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨਾਏ ਜਾ ਰਹੇ ਸ਼ਹੀਦੀ ਗੁਰਪੁਰਬ ਸਮਾਗਮਾਂ ਮੌਕੇ ਇੱਕ ਵਾਰ ਫਿਰ ਸਾਬਕਾ ਪ੍ਰਧਾਨ ਜਗਦੇਵ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ ਸਾਹਮਣੇ ਆ ਰਹੇ ਹਨ, ਕਿਉਂਕਿ ਜਗਦੇਵ ਸਿੰਘ ਜੇਰੇ ਇਲਾਜ CMC ਹਸਪਤਾਲ ਵਿਖੇ ਦਾਖਲ ਹੈ। ਦੂਜੇ ਪਾਸੇ ਪੁਲਿਸ ਵੱਲੋਂ ਦੇਰ ਰਾਤ ਤੋਂ ਲੈ ਕੇ ਅੱਜ ਦੁਪਹਿਰ ਬਾਅਦ ਤੱਕ ਘਟਨਾ ਦੀ ਤਹਿ ਤੱਕ ਪੁੱਜਣ ਲਈ CCTV ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਝਗੜੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਅਗੇਤੀ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਦੋਨੋਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਿਸੇ ਹੋਰ ਅਣਸੁਕਾਮੀ ਘਟਨਾ ਨਾ ਵਾਪਰੇ ਇਸ ਲਈ ਗੁਰਦੁਆਰਾ ਸਾਹਿਬ ਵਿਖੇ ਕੁਝ ਮੁਲਾਜ਼ਮ ਵੀ ਤਾਇਨਾਤ ਕੀਤੇ ਜਾ ਚੁੱਕੇ ਹਨ। ਆਓ ਜਾਣਦੇ ਹਾਂ ਘਟਨਾ ਬਾਰੇ ਕੀ ਕਹਿਣਾ ਹੈ ਪੁਲਿਸ ਅਤੇ ਪ੍ਰਬੰਧਕਾਂ ਦਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁਰਾਣੇ ਹਾਲਾਤ ਬਾਰੇ ਦੱਸ ਦੇਵਾਂ ਵੀ ਜਦ ਤੋਂ ਸਿਵਾ ਜਗਦੇਵ ਸਿੰਘ ਦਾ ਘਪਲਾ ਫੜਿਆ ਗਿਆ ਅਤੇ ਉਹਨਾਂ ਉੱਪਰ 34 ਲੱਖ ਦੇ ਗਬਨ ਦਾ ਕੇਸ ਚੱਲ ਰਿਹਾ ਕੋਰਟ 'ਚ, ਉਦੋਂ ਬਾਅਦ ਉਹ ਬੜੇ ਬਖਰਾਏ ਹੋਏ ਨੇ ਅਤੇ ਫਰਸਟ੍ਰੇਸ਼ਨ ਦੇ ਵਿੱਚ ਆ ਕੇ ਗੁਰਦੁਆਰੇ ਕਿਸੇ ਨਾ ਕਿਸੇ ਫੰਕਸ਼ਨ 'ਤੇ ਕੋਈ ਨਾ ਕੋਈ ਗਾਲੀ ਗਲੌਚ ਜਾਂ ਹੋਰ ਚੰਗਾ ਮਾੜਾ ਬੋਲਦੇ ਨੇ। ਅਤੇ ਹੁਣ ਕੱਲ੍ਹ ਉਹਨਾਂ ਨੇ ਜੋ ਕੰਮ ਕੀਤਾ, ਮੈਂ ਆਪਣੇ ਆਫਿਸ ਦੇ ਵਿੱਚ ਬੈਠਾ ਸੀਗਾ, 3 ਪੁਲਿਸ ਮੁਲਾਜ਼ਮ ਕੋਲ ਸੀਗੇ, ਸਬ ਇੰਸਪੈਕਟਰ ਸਾਹਿਬ ਸੀਗੇ, ਉਹਨਾਂ ਦੀ ਮੌਜੂਦਗੀ ਦੇ ਵਿੱਚ ਮੇਰੀ ਦਸਤਾਰ ਲਾਈ, ਮੇਰੇ ਥੱਪੜ ਮਾਰੇ। ਕਿੰਨੀ ਮਾੜੀ ਗੱਲ ਹੈ ਵੀ ਪੁਲਿਸ ਮੌਜੂਦ ਹੈ ਅਤੇ ਪੁਲਿਸ ਕੁਛ ਨਹੀਂ ਕਰ ਰਹੀ। 17 ਬੰਦਿਆਂ ਦਾ ਪਰਚਾ ਹੋਇਆ ਅਤੇ ਉਹ ਇੱਥੇ ਆਰਾਮ ਨਾਲ ਤੁਰੇ ਫਿਰਦੇ ਨੇ 17 ਦੇ 17। ਇਹ ਆਪਣੇ ਮੇਰੇ ਆਫਿਸ ਦੀ ਹੈ ਜੀ। ਹਾਂਜੀ, ਫੁਟੇਜ ਹੈਗੀ, ਉਹ ਪੁਲਿਸ ਕੋਲ ਵੀ ਹੈਗੀ, ਅਸੀਂ ਤੁਹਾਨੂੰ ਵੀ ਦੇ ਦਾਂਗੇ। ਸਰ ਕੀ ਉਹਦੇ ਵਿੱਚ ਮੇਨ ਤੱਥ ਕੀ ਹੈ, ਮੇਨ ਜਿਹੜਾ ਇਸ਼ੂ ਆ ਉਹ ਹੈ ਕੀ ਹੈ? ਕਾਰਨ ਕਿਉਂ ਕੀਤਾ ਸਰ? ਕਾਰਨ ਇਹੀ ਹੈਗਾ ਵੀ ਜਿਹੜਾ ਉਹਨਾਂ ਦਾ ਘਪਲਾ ਫੜਿਆ ਗਿਆ ਉਸ ਤੋਂ ਫਰਸਟ੍ਰੇਟ ਨੇ ਉਹ। ਘਪਲਾ ਕਾਹਦਾ ਸੀਗਾ ਜੀ, ਥੋੜ੍ਹਾ ਬਰੀਫ? ਹਾਂਜੀ, ਉਹ ਐਂ ਸੀਗਾ ਜੀ ਵੀ ਜਿਹੜੀਆਂ ਆਪਣੇ ਕੋਲ ਰਸੀਦ ਬੁੱਕਾਂ ਮੌਜੂਦ ਨੇ, ਜਿੰਨੀਆਂ ਦਿੱਤੀਆਂ ਨੇ ਗੁਰਦੁਆਰਾ ਸਾਹਿਬ ਦੀਆਂ, ਜਿੰਨੀਆਂ ਰਸੀਦ ਬੁੱਕਾਂ ਨੇ ਗੁਰਦੁਆਰਾ ਕਿਹੜਾ ਜੀ? ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਦੇ, ਉਹਦੇ ਵਿੱਚ ਛੋਟੀਆਂ ਛੋਟੀਆਂ 50 ਰੁਪਏ 100 ਰੁਪਏ ਰਸੀਦਾਂ ਕੱਟੀਆਂ ਵੀ ਨੇ। ਉਹਨਾਂ ਦਾ ਜਿਹੜਾ ਅਮਾਊਂਟ ਹੈ, ਜੇ ਸਾਡੇ ਕੋਲ ਮੌਜੂਦ ਨੇ, ਜੇ ਨਹੀਂ ਦਿੱਤੀਆਂ ਗਈਆਂ ਉਹ ਅਲੱਗ ਨੇ, ਉਹਨਾਂ ਦੇ ਅਮਾਊਂਟ 'ਚ ਤਾਂ ਜੋ ਇਹਨਾਂ ਨੇ ਆਪਣੀਆਂ ਆਡਿਟਡ ਰਿਪੋਰਟਾਂ ਦਿੱਤੀਆਂ ਨੇ 34 ਲੱਖ ਦਾ ਫਰਕ ਹੈ। ਜਿਹੜੇ ਸਾਲ 26 ਲੱਖ ਦੇ ਰਸੀਦਾਂ ਪਈਆਂ ਨੇ, ਉਹ ਸਾਲ 7 ਲੱਖ ਦਿਖਾਇਆ ਆਡਿਟਡ। ਇਹਨਾਂ ਉੱਪਰ ਕੇਸ ਚੱਲ ਰਿਹਾ ਹੈ, ਉਹ ਹੁਣ ਫਰਸਟ੍ਰੇਸ਼ਨ ਹੈ, ਉਸ ਨੂੰ ਕੱਢਣ ਦੇ ਮਾਰੇ ਵੀ ਦੋ ਬੰਦੇ ਲਾਏ ਸੀਗੇ, ਉਹ ਕਹਿੰਦੇ ਅਸੀਂ ਆਡਿਟ ਟੀਮ ਭੇਜਾਂਗੇ, ਪਰ ਉਦੋਂ ਬਾਅਦ SGPC ਦੇ ਉਹ ਆਪਣੇ ਬਿਜ਼ੀ ਹੋ ਗਏ, ਉਦੋਂ ਬਾਅਦ ਹਾਲੇ ਆਡਿਟ ਟੀਮ ਨਹੀਂ ਆਈ ਕੋਈ। ਕੱਲ ਇੱਥੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਸੀਗਾ, ਔਰ ਸਾਡੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਔਰ ਸਾਡੇ ਖੁਰਾਣਾ ਜੀ ਉੱਪਰ ਬੈਠੇ ਸੀ, ਕੀਰਤਨ ਦਾ ਆਨੰਦ ਮਾਣ ਰਹੇ ਸੀ। ਜਿਉਂ ਥੱਲੇ ਸਾਡੇ 9:15 ਦੇ ਕਰੀਬ ਥੱਲੇ ਆਏ ਨੇ, ਇਹਨਾਂ ਦਾ ਘਰ ਉਸ ਪਾਸੇ ਆਪਣੇ ਘਰ ਚਲੇ ਗਿਆ ਅਤੇ ਜਗਦੇਵ ਜੀ ਇੱਧਰਲੇ ਪਾਸੇ ਆ ਗਏ। ਗੇਟ ਦੇ ਨਿਕਲਦੇ ਸਾਰੇ 2-3 ਬੰਦੇ ਉਹਨਾਂ ਦੇ ਮਗਰ ਜਾ ਕੇ ਉਹਨਾਂ ਦੀ ਕੁੱਟਮਾਰ ਕੀਤੀ ਹੈ, ਬਹੁਤ ਹੀ ਬੁਰੀ ਤਰ੍ਹਾਂ ਸਿਰਸੁਰ ਫਾੜਿਆ, ਉਹਨਾਂ ਦੇ ਲੱਤਾਂ ਤੋੜੀਆਂ, ਔਰ ਕਮੇਟੀ ਦੇ ਮੈਂਬਰ ਪ੍ਰਧਾਨ ਜੀ ਦੇ ਨਾਲ 3-4 ਜਾ ਕੇ ਕੋਲ ਖੜ੍ਹੇ ਸੀਗੇ, ਕੋਲ ਖੜ੍ਹ ਕੇ ਉਹਨੂੰ ਮਰਾਇਆ ਕਿ ਬਈ ਇਹਨੂੰ ਮਾਰੋ। ਔਰ ਇਸ ਗੁਰਦੁਆਰੇ ਦੇ ਪਿਛਲੇ 5-6 ਸਾਲ ਤੋਂ 6 ਸਾਲ ਤੋਂ ਐਸੀ ਗੁੰਡਾਗਰਦੀ ਚੱਲ ਰਹੀ ਹੈ, ਸੰਗਲ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋਇਆ, ਕੋਈ ਵੀ ਇੱਥੇ ਆਉਂਦਾ ਕਿਸੇ ਥੱਪੜ ਮਾਰ ਦਿੰਦੇ ਨੇ, ਕਿਸੇ ਨੂੰ ਬੇਇੱਜ਼ਤੀ ਕਰ ਦਿੰਦੇ ਨੇ। ਇੱਥੇ ਕਿਸੇ ਤੇ ਕਮੇਟੀ ਦੇ ਮੈਂਬਰ ਐਸੇ ਨੇ ਜਿਹਨਾਂ ਨੇ ਬੀਬੀ ਨਾਲ ਵੀ ਬਦਤਮੀਜ਼ੀ ਕੀਤੀ ਹੈ, ਅਸੀਂ ਉਹ ਸਾਰੇ ਮਸਲੇ ਪ੍ਰਧਾਨ ਜੀ ਨਾਲ ਕਈ ਵਾਰੀ ਡਿਸਕਸ ਕੀਤੇ ਆ, ਉਹਨਾਂ ਨੇ ਸਾਡੇ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਇੱਕ ਸਭ ਤੋਂ ਵੱਡਾ ਐਲੀਗੇਸ਼ਨ ਲੱਗ ਰਿਹਾ 34 ਲੱਖ ਦੇ ਗਬਨ ਦਾ, ਉਹਨੂੰ ਕਿਸ ਤਰੀਕੇ ਨਾਲ ਦੇਖੋ? ਉਹਦੀ ਸਾਡੀ ਪੂਰੀ ਹੈਗੀ, ਉਹਦੇ 34 ਲੱਖ ਦੇ ਗਬਨ ਹੈ, ਇਹਨਾਂ ਨੇ ਰਸੀਦ ਬੁੱਕ ਫਾੜੀਆਂ ਨੇ, ਇਹਨਾਂ ਨੇ ਰਸੀਦਾਂ ਬੁੱਕਾਂ ਜਲਾਈਆਂ ਨੇ। ਜਦੋਂ ਪ੍ਰਧਾਨ ਨੇ ਆਪਣੇ ਜਗਦੇਵ ਜੀ ਨੇ ਹੈਂਡਓਵਰ ਕੀਤਾ, ਉਹ ਗੁਰਦੁਆਰਾ ਪ੍ਰਬੰਧਕ SPGC ਨੇ ਉਹਨਾਂ ਨੂੰ ਨੋਟ ਜਾਕੇ ਸਰਟੀਫਿਕੇਟ ਦਿੱਤਾ, ਉਹਨਾਂ ਦੇ ਸਾਹਮਣੇ ਆਏ ਸੀ। SPGC ਨੇ ਆਪਣੇ ਬੰਦੇ ਡਿਪਿਊਟ ਕੀਤੇ ਸੀ, ਜਿਹੜੇ 'ਚ ਇੱਕ ਆਲਮਗੀਰ ਦੇ ਪ੍ਰਧਾਨ ਜੀ ਸੀਗੇ, ਉਹਨਾਂ ਬੰਦੇ ਸਾਹਮਣੇ ਉਹਨਾਂ ਨੇ ਆਪਣੇ ਸਾਰਾ ਰਿਕਾਰਡ ਇਹਨਾਂ ਦਿੱਤਾ, ਉਹਨਾਂ ਦੀ ਤਸੱਲੀ ਹੋਈ, ਔਰ ਤਸੱਲੀ ਵਿੱਚ ਉਹਨਾਂ ਨੇ ਇਹਨੂੰ NOC ਦਿੱਤੀ ਹੈ। ਕੀ ਮਾਮਲਾ ਜਿਹੜਾ? ਸ਼੍ਰੀ ਸੁਖਮਨੀ ਸਾਹਿਬ ਗੁਰਦੁਆਰਾ ਹੈਗਾ ਜੀ ਦੁਗਰੀ ਦੇ ਵਿੱਚ, ਇੱਥੇ ਦਾ ਕਮੇਟੀ ਦਾ ਇਹਨਾਂ ਦਾ ਆਪਸ ਦੇ ਵਿੱਚ ਡਿਸਪਿਊਟ,
ਪੁਰਾਣਾ ਬੜਾ ਲੌਂਗ ਸਟੈਂਡਿੰਗ ਡਿਸਪਿਊਟ ਹੈਗਾ, ਉਹਦੇ ਤਹਿਤ ਇਹਨਾਂ ਦੀ ਆਪਸ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਲੜਾਈ ਹੋਈ ਹੈ। ਕੱਲ੍ਹ ਸ਼ਾਮ ਕਦ ਜੇ ਨੂੰ ਦੁਬਾਰਾ ਕਿਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਨਿੱਕੀ ਮੋਟੀ ਝੱਟ ਹੋਈ ਸੀਗੀ, ਜਿਹਦੇ ਤਹਿਤ ਦੁਗਰੀ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਮੁਕੱਦਮਾ ਵੀ ਦਰਜ ਹੋਇਆ। ਅਤੇ ਸਵੇਰ ਤੋਂ ਕੱਲ੍ਹ ਰਾਤ ਤੋਂ ਇਨਫੈਕਟ ਸਾਡੀ ਜਿਹੜੀ ਪੁਲਿਸ ਫੋਰਸ ਇੱਥੇ ਡਿਪਲੋਇਡ ਹੈਗੀ ਹੈ। ਫਰੋਮ ਪੁਲਿਸ ਐਡਮਿਨਿਸਟ੍ਰੇਸ਼ਨ ਸਾਡਾ ਵਿਊ ਪੁਆਇੰਟ ਸਿਰਫ ਇੰਨਾ ਕਿ ਅਸੀਂ ਕੋਈ ਵੀ ਇੱਥੇ ਲਾਅ ਐਂਡ ਆਰਡਰ ਦੀ ਅਗਰ ਕੋਈ ਸਿਚੁਏਸ਼ਨ ਖਰਾਬ ਹੁੰਦੀ ਨਜ਼ਰ ਆਈ ਤਾਂ ਜੋ ਵੀ ਬਣਦੀ ਕਾਰਵਾਈ ਹੋਊਗੀ ਕਿਸੇ ਦੇ ਖਿਲਾਫ ਵੀ ਉਹ ਕਰ ਦਿੱਤੀ ਜਾਏਗੀ। ਸਰ ਕੋਈ ਸੀਸੀਟੀਵੀ ਵੀ ਸਾਹਮਣੇ ਆਈ ਮਾਰਕ? ਸੀਸੀਟੀਵੀ ਫੁਟੇਜਸ ਅੰਦਰ ਕੈਮਰਾ ਲੱਗੇ ਹੋਏ ਨੇ ਅਤੇ ਸਾਡੇ ਅਸੀਂ ਆਪਣੇ ਬੰਦੇ ਲਾਏ ਹੋਏ ਨੇ, ਉਹ ਫੁਟੇਜਸ ਕਰਦੇ ਪਏ, ਉਹਨਾਂ ਨੂੰ ਐਕਸਪਲੋਰ ਕਰ ਰਹੇ ਹਾਂ। ਸਰ ਕਿਹੜੇ ਹੁਣ ਤੱਕ ਜਿਹੜੇ ਆ ਬੰਦੇ ਸਾਹਮਣੇ ਆਏ ਨੇ ਕੋਈ? ਹਜੇ ਤੱਕ ਤਾਂ ਨਹੀਂ ਜੀ, ਵੈਸੇ ਜਿਹੜੇ ਐੱਫ ਆਈ ਆਰ ਹੋਈ ਹੈਗੀ ਉਹ ਬਾਏ ਨੇਮ ਹੀ ਹੋਈ ਹੈ ਅਤੇ ਉੱਦਾਂ ਉਹ ਹੈਗਾ ਜੀ ਐੱਫ ਆਈ ਆਰ ਦੇ ਵਿੱਚ ਕੰਟੈਂਟਸ ਹੈਗੇ ਉਹਦੇ ਵਿੱਚ, ਬਾਕੀ ਜਿਹੜੇ ਹੈਗੇ ਆ ਜੋ ਵੀ ਜਿੱਦਾਂ ਜਿੱਦਾਂ ਸਿਚੁਏਸ਼ਨ ਅਨਫੋਲਡ ਹੋਏਗੀ ਉਸ ਹਿਸਾਬ ਨਾਲ ਕਾਰਵਾਈ ਕਰਦੇ ਹਾਂ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਨੀ ਅਹੂਜਾ ਦੇ ਨਾਲ ਫੋਕਸ ਡੋਟ ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।